ਇੱਕ ਤੇਜ਼ ਰਫ਼ਤਾਰ ਗੱਡੀ ਦਾ ਕਹਿਰ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਇੱਕ ਬੇਟੀ ਤੋਂ ਗੱਡੀ ਵਾਲੇ ਨੇ ਉਸਦੀ ਮਾਂ ਹੀ ਖੋ ਲਈ। ਮਹਿਲਾ ਨੂੰ ਦਰੜ ਕੇ ਗੱਡੀ ਵਾਲਾ ਫਰਾਰ ਹੋ ਗਿਆ ਤੇ ਕੁੜੀ ਚਿੱਕਾ ਮਾਰਦੀ ਹੀ ਰਹਿ ਗਈ। ਸਕੂਟਰੀ ਤੇ ਇਹ ਮਾਵਾਂ ਧੀਆਂ ਕਿਧਰੇ ਜਾ ਰਹੀਆਂ ਹੁੰਦੀਆਂ ਨੇ ਕਿ ਇੱਕ ਤੇਜ਼ ਰਫ਼ਤਾਰ ਗੱਡੀ ਆਉਂਦੀ ਹੈ ਤੇ ਦੋਵਾਂ ਨੂੰ ਟੱਕਰ ਮਾਰ ਦਿੰਦੀ ਹੈ, ਜਿਸ ਕਾਰਨ ਸਕੂਟੀ ਤੇ ਬੈਠੀ ਉਸਦੀ ਮਾਂ ਥੱਲੇ ਡਿੱਗ ਜਾਂਦੀ ਹੈ ਤੇ ਗੱਡੀ ਵਾਲਾ ਉਸਨੂੰ ਦਰੜ ਕੇ ਫਰਾਰ ਹੋ ਜਾਂਦਾ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਕਾਰ ਚਾਲਕ ਦੇ ਖਿਲਾਫ਼ ਕਾਰਵਾਈ ਵੀ ਨਹੀਂ ਕੀਤੀ, ਜਿਸ ਕਾਰਨ ਪਰਿਵਾਰ ਨੇ ਰੋਸ ਦੇ ਵਿੱਚ ਆ ਕੇ ਸੜਕ ਨੂੰ ਹੀ ਜਾਮ ਕਰ ਦਿੱਤਾ ਤੇ ਧਰਨਾ ਲਗਾ ਦਿੱਤਾ। ਇਹ ਹਾਦਸਾ ਫਤਿਹਗੜ੍ਹ ਚੂੜੀਆਂ ਬਟਾਲਾ ਰੋਡ ਟੱਪੜੀਆਂ ਮੋੜ ਤੇ ਵਾਪਰਿਆ। ਇਸ ਮੌਕੇ ਮ੍ਰਿਤਕ ਔਰਤ ਦੀ ਬੇਟੀ ਇੰਦਰਜੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਆਪਣੀ ਮਾਤਾ ਨਾਲ ਸਕੂਟਰੀ ਦੇ ਉੱਤੇ ਫਤਿਹਗੜ੍ਹ ਚੂੜੀਆਂ ਤੋਂ ਪਿੰਡ ਆਜ਼ਮਪੁਰਾ ਨੂੰ ਜਾ ਰਹੀ ਸੀ ਅਤੇ ਜਦੋਂ ਫਤਿਹਗੜ੍ਹ ਚੂੜੀਆਂ ਤੋਂ ਟੱਪਰੀਆਂ ਮੋੜ ਦੇ ਉੱਤੇ ਪਹੁੰਚੀ ਤਾਂ ਅੱਗੋਂ ਤੇਜ਼ ਰਫ਼ਤਾਰ ਕਾਰ ਆਉਂਦੀ ਹੈ ਅਤੇ ਸਕੂਟੀ ਪਿੱਛੇ ਬੈਠੀ ਮਾਂ ਇਸ ਟੱਕਰ ਤੋਂ ਬਾਅਦ ਥੱਲੇ ਡਿੱਗ ਜਾਂਦੀ ਹੈ ਤੇ ਅੱਗੇ ਤੋਂ ਆ ਰਹੀ ਅਣਪਛਾਤੀ ਕਾਰ ਨੇ ਮਾਂ ਗੁਰਮੀਤ ਕੌਰ ਨੂੰ ਦਰੜ ਦਿੱਤਾ ਅਤੇ ਉੱਥੋਂ ਫਰਾਰ ਹੋ ਗਿਆ। ਗੁਰਮੀਤ ਕੌਰ ਨੂੰ ਬਟਾਲਾ ਰੋਡ ਮਹਾਜਨ ਹਸਪਤਾਲ ਲਿਆਂਦਾ ਗਿਆ ਜਿੱਥੇ ਉਸਦੀ ਮੌਤ ਹੋ ਗਈ। ਹਾਲਾਂਕਿ ਮ੍ਰਿਤਕ ਔਰਤ ਦੀ ਬੇਟੀ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਨੇ। ਉੱਧਰ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇਖਦੇ ਹੋਏ ਮ੍ਰਿਤਕ ਗੁਰਮੀਤ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਸੜਕ ਵਿਚਕਾਰ ਰੱਖ ਕੇ ਚੱਕਾ ਜਾਮ ਕਰ ਦਿੱਤਾ ਤੇ ਨਾਅਰੇਬਾਜ਼ੀ ਕੀਤੀ, ਜਿਸ ਕਾਰਨ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਮ੍ਰਿਤਕ ਗੁਰਮੀਤ ਕੌਰ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰਾਂ ਨੇ ਦੁਖੀ ਭਰੇ ਲਹਿਜ਼ੇ 'ਚ ਦੱਸਿਆ ਕਿ 2.5 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਉਹ ਪਰੇਸ਼ਾਨ ਹੋ ਗਏ। ਇਸ ਮੌਕੇ ਪਰਿਵਾਰਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਝੜਪ ਵੀ ਹੋਈ। 3 ਘੰਟੇ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਜਾਮ ਨੂੰ ਖੁਲਵਾ ਦਿੱਤਾ। ਆਪਾਂ ਫਤਿਹਗੜ੍ਹ ਚੂੜੀਆਂ ਮਹਾਜਨਾ ਹੋਸਪਿਟਲ ਦੇ ਲਾਗੇ ਖਲੋਤੇ ਆ। ਆਜ਼ਮਪੁਰ ਤੋਂ ਜੇ ਸਾਡੇ ਭਰਾ ਵਾ ਨਾਲ, ਇਹ ਉਹਨਾਂ ਦੀ ਵਾਈਫ ਦੀ ਜਿਹੜੀ ਨੂੰਹ ਸੀ ਨਾਲ, ਉਹ ਜਾ ਰਹੇ ਜਾ ਵੇਖੋ ਖਲੋਤੀ ਲਾਗੇ ਤੇ ਇਹਦੇ ਕੋਲ ਹੀ ਇੱਥੇ ਆ ਬੱਸ ਮੰਡੀ ਦੇ ਕੋਲ ਹੀ ਕੋਈ ਅਣਜਾਣ ਗੱਡੀ ਆ ਜਿਹੜਾ ਕਿ ਇਹਨਾਂ ਨੂੰ ਫੇਟ ਮਾਰ ਕੇ ਸੁੱਟ ਗਿਆ ਤੇ ਇਹਨਾਂ ਦੀ ਮਦਦ ਦੀ ਜਿਹੜੀ ਮੌਕੇ ਤੇ ਮੌਤ ਹੋ ਗਈ ਆ ਜੀ। ਮੌਕੇ ਤੇ ਮੌਤ ਹੋ ਗਈ ਆ ਤੇ ਇਹ ਦੱਸ ਰਿਹਾ ਵੀ ਲਾਗੇ ਦੇ ਪ੍ਰਸ਼ਾਸਨ ਵੀ ਆਇਆ ਪਰ ਉਹ ਇੱਕ ਵਾਰੀ ਇੱਥੋਂ ਚਲਾ ਗਿਆ ਵਾ। ਹੁਣ ਉਹਨਾਂ ਨੇ ਆਪਣਾ ਰੋਡ ਜਿਹੜਾ ਬੰਦ ਕਰਤਾ, ਡੈੱਡ ਬੋਡੀ ਇੱਥੇ ਰੱਖੀ ਆ। ਇਹ ਬਣਦੀ ਕਾਰਵਾਈ ਪ੍ਰਸ਼ਾਸਨ ਕਰੇ, ਇਹਨਾਂ ਨੂੰ ਭਰੋਸਾ ਦਵਾਵੇ ਤਾਂ ਜੋ ਇਹ ਰੋਡ ਜਿਹੜਾ ਜੀ ਟਾਈਮ ਨਾਲ ਖੁੱਲ ਸਕੇ। ਫਤਿਹਗੜ੍ਹ ਕਾਲੇ ਨੂੰ ਜਾਣਦੇ ਸੀ ਤੇ ਗਾੜੀ ਮੋਟਰਸਾਈਕਲਾਂ ਦੇ ਨਾਲ ਹੀ ਜਾਣਦੇ ਹਾਂ ਤੇ ਗਾੜੀ ਉਹ ਗੱਡੀ ਬੜੀ ਤੇਜ਼ ਆਈ ਤੇ ਕੀ ਨਾ ਆ, ਮੈਂ ਥੋੜ੍ਹੀ ਜਿਹੀ ਬ੍ਰੇਕ ਮਾਰੀ ਆ ਪਰ ਕੀ ਨਾ ਆ, ਉਹਨੇ ਗੱਡੀ ਵਾਲੇ ਨੇ ਇੱਕਦਮ ਐਨੂੰ ਮੋੜੀ ਤੇ ਮੇਰੀ ਸਕੂਟਰੀ ਡੋਲ ਕੇ ਡਿੱਗੀ ਆ ਤੇ ਉਹ ਮੰਮੀ ਮੇਰੀ ਡਿੱਗੀ ਆ। ਉਹਨੇ ਸਪੀਡ ਚ ਆ ਕੇ ਮੰਮੀ ਦੇ ਉੱਤੇ ਧੋਣ ਤੇ ਚਾੜਤੀ, ਮੌਕੇ ਤੇ ਮੌਤ ਹੋ ਗਈ। ਚੱਲੇ ਹੀ ਦੇਤੀ, ਇਹ ਵੀ ਨਹੀਂ ਕਿ ਕਿਤੇ ਮੈਂ ਮੋਟਰਸਾਈਕਲ ਗੱਡੀ ਖਿਲਾਰ ਕੇ ਮੈਂ ਵੇਖ ਲੈਣਾ ਹੀ ਵੇਖਿਆ ਭਜਾ ਕੇ ਲੈ